ਲਾ ਰਹਮਾਨ ਰਹੀਮ ਅਸਲਾਮ ਅਲੈਕਮ ਵੇਖ ਰਹੇ ਤੁਸੀਂ ਆਪਣਾ ਕਰਨਾਣਾ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਬਲਾਲ ਅਹਿਮਦ ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਹਾਂ ਇਨਸ਼ਾਅੱਲਾ ਉਮੀਦ ਕਰਨਾ ਵੀਡੀਓ ਨੂੰ ਪਸੰਦ ਵੀ ਕਰ ਦਿਓ ਲਾਈਕ ਸ਼ੇਅਰ ਵੀ ਕਰ ਦਿਓ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਹਰ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਜਿਹੜੀ ਤੁਹਾਡੇ ਤੱਕ ਬਸਾਨੀ ਪਹੁੰਚ ਸਕੇ ਲੋ ਜੀ ਵੀਡੀਓ ਇਸ ਤਰ੍ਹਾਂ ਹੀ ਬਣਾਉਣ ਲੱਗੇ ਹਾਂ ਤਕਰੀਬਨ ਮਹੀਨੇ ਬਾਅਦ ਤੁਸੀਂ ਵੀਡੀਓ ਵੇਖਦੇ ਹੋ ਭਰਾ ਵਾਰ ਅੱਜ ਮੰਗਲ ਤਰੀਕ 13 ਅਗਸਤ 2024 ਜ਼ਿਲ੍ਹਾ ਗੁਜਰਾਤ ਤਹਿਸੀਲ ਖਾਰੀਆਂ ਪਿੰਡ ਢੀਂਡਾ ਮੰਡੀਰ ਭਾਈ ਤਨਵੀਰ ਮਹਿਰ ਸਾਹਿਬ ਦੀ ਵੀਡੀਓ ਹੈ ਮਾਸ਼ਾਅੱਲਾ ਕੁਰਬਾਨੀ ਦੇ ਸੀਜ਼ਨ ਦੀ ਤੁਸੀਂ ਵੱਛਿਆਂ ਦੀ ਵੀਡੀਓ ਵੇਖੀ ਹੈ ਭਾਈ ਰਣਾ ਦੀ ਵਕਤਨ ਵਕਤਨ ਵੀ ਇਹਨਾਂ ਦੀ ਵੀਡੀਓ ਮਾਸ਼ਾਅੱਲਾ ਡੰਗਰਾਂ ਦੀ ਬਣਦੀ ਰਹਿੰਦੀ ਅੱਜ ਭਾਈ ਰਣਾ ਨੇ 2 ਮੱਝਾਂ ਤੇ 1 ਗਾਂ ਲਾਣੀ ਵੀਡੀਓ ਤੇ ਬਾਕੀ ਜਿਹੜੀ ਗੱਲਬਾਤ ਹੈ ਨਾ ਉਹ ਭਾਈ ਤਨਵੀਰ ਨਾਲ ਕਰ ਲੈਂਦੇ ਹਾਂ ਮਾਸ਼ਾਅੱਲਾ ਲੇਕਿਨ ਮੱਝਾਂ ਵੀ ਦੋਵੇਂ ਭਰਾਵਾਂ ਨੇ ਤਸੱਲੀ ਨਾਲ ਵੇਖ ਲੈਣੀ ਹੈ ਤੇ ਜਿਹੜੀ ਗਾਂ ਹੈ ਨਾ ਉਹ ਭਰਾਵਾਂ ਨੇ ਜ਼ਰਾ ਘੁੱਟ ਕੇ ਵੇਖ ਲੈਣੀ ਹੈ ਮਾਸ਼ਾਅੱਲਾ ਨਯਾਬ ਜੀ ਚੀਜ਼ ਹੋਵੇ ਦੀ ਤੇ ਭਾਈ ਰੁਪਏ ਕਹਿੰਦੇ ਨੇ ਕਿ ਰੇਟ ਜਿਹੜਾ ਅਸੀਂ ਗਾਂ ਦਾ ਲਾਣਾ ਨਾ ਉਹ ਭਰਾਵਾਂ ਨੂੰ ਪਹਿਲਾਂ ਦੱਸ ਦਿੰਦਾ ਕਿ ਰੇਟ ਭਰਾ ਵੇਖ ਲੈਣ ਤੇ ਫਿਰ ਸਾਡੀ ਗਾਂ ਵੀ ਵੇਖ ਕੇ ਤੇ ਮਾਸ਼ਾਅੱਲਾ ਦਾ ਕਮੈਂਟ ਜ਼ਰੂਰ ਕਰਨ ਬਾਕੀ ਜਿਹੜੀ ਗੱਲਬਾਤ ਹੈ ਨਾ ਉਹ ਭਾਈ ਤਨਵੀਰ ਮਹਿਰ ਨਾਲ ਕਰ ਲੈਂਦੇ ਹਾਂ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਹਾਲ ਹੈ ਭਾਈ ਬਲਾਲ ਠੀਕ ਹੋ ਜੀ ਸ਼ੁਕਰ ਅੱਲਾ ਠੀਕ ਠਾਕ ਤੁਸੀਂ ਸੁਣਾਓ ਠੀਕ ਠਾਕ ਸ਼ੁਕਰ ਅੱਲਾ ਪਾਵਿਆ ਮਾਸ਼ਾਅੱਲਾ ਭਾਈਆਂ ਅੱਜ 2 ਮੱਝਾਂ ਤੇ 1 ਗਾਂ 3 ਡੰਗਰ ਨੇ ਜਿਹੜੇ ਵੀਡੀਓ ਤਾਂ ਲਾਣੇ ਨੇ ਅੱਗੇ ਇੱਕ ਵੀਡੀਓ ਜਿਹੜੀ ਬਣੀ ਸੀ ਉਹ ਕੁਰਬਾਨੀ ਦੇ ਵੱਛਿਆਂ ਦੀ ਬਣੀ ਤੇ ਜਿਹੜੇ ਵੱਛੇ ਲਾਏ ਹੈ ਉਹਨਾਂ ਦਾ ਰਿਜ਼ਲਟ ਚੰਗਾ ਆ ਜੀ ਠੀਕ ਹੈ ਮਾਸ਼ਾਅੱਲਾ ਸਾਰੇ ਜਾਨਵਰ ਸੇਲ ਹੋ ਗਏ ਵੀਡੀਓ ਤੇ ਹੀ ਜੀ ਬੱਕਰਾ ਵੀ ਸੇਲ ਹੋ ਗਿਆ ਮਾਸ਼ਾਅੱਲਾ ਤੇ ਹੁਣ ਜਿਹੜੀ ਅੱਜ ਵੀਡੀਓ ਇਹ 2 ਮੱਝਾਂ ਦੇ 1 ਗਾਂ ਇੱਕ ਇਹ ਖਿਆਲ ਜੇ ਮਾਲ ਵਿਕਿਆ ਤੇ ਅਗੂ ਵੀਡੀਓ ਬਣੇ ਕਰੇ ਦੀ ਆ ਵਕਤਨ ਵਕਤਨ ਜੇ ਵੇਖਿਆ ਮਾਲ ਤੇ ਇਨਸ਼ਾਅੱਲਾ ਜ਼ਰੂਰ ਕਰੇ ਦੇਖੂ ਵੇਖੋ ਨਾ ਫੋਨ ਤੇ ਅੱਗੇ ਵੀ ਇੱਕ ਦੋ ਵਾਰੀ ਗੱਲ ਹੋਈ ਹੈ ਤੇ ਕਿਉਂ ਵੀਡੀਓ ਹੈ ਨਾ ਜਿਹੜੀ ਉਹ ਮਾਲ ਵੇਚਣ ਵਾਸਤੇ ਬਣਵਾਣੀ ਹੈ ਬਿਲਕੁਲ ਤੇ ਜੇ ਵੀਡੀਓ ਤੋਂ ਪਹਿਲਾਂ ਵਿਕ ਜੇ ਤੇ ਉਹ ਬਿਹਤਰ ਹੈ ਬਿਹਤਰ ਹੈ ਬਿਲਕੁਲ ਜਿਸ ਟਾਈਮ ਕੋਈ ਡੰਗਰ ਇਕੱਠੇ ਹੋ ਜਾਣ ਜੇ ਵਿਕ ਜੇ ਤੇ ਫਿਰ ਠੀਕ ਹੈ ਨਾ ਵਿਕੇ ਤੇ ਤੁਸੀਂ ਭਰਾਓ ਕੋਈ ਮਸਲਾ ਨਹੀਂ ਬਿਲਕੁਲ ਜਨਾਬ ਬਾਕੀ ਫੋਨ ਨੰਬਰ ਬੋਲਾਂ ਫਿਰ ਭਰਾਵਾਂ ਨੂੰ ਫੋਨ ਨੰਬਰ 0368683805 ਜੀ ਵਟਸਐਪ ਬਣੇ ਇਹਨਾਂ ਦੇ ਤੇ ਜੀ ਵਟਸਐਪ ਬਣੇ ਇਹ ਉਹੀ ਪੁਰਾਣਾ ਨੰਬਰ ਹੀ ਜੀ ਪੁਰਾਣਾ ਨੰਬਰ ਕਰੀਏ ਸ਼ੁਰੂ ਕਰੋ ਬਿਸਮਿਲਲਾਹ ਹਾਓ ਜੀ ਮਾਈ ਨੰਬਰ ਇੱਕ ਲਿਆਓ ਜੀ ਮਾਈ ਨੰਬਰ ਆ ਗਈ ਜੀ ਇੱਕ ਮਾਸ਼ਾਅੱਲਾ ਜੀ ਭਾਈ ਤਨਵੀਰ ਸਾਹਿਬ ਕੀ ਸਵਾਲ ਆਇਆ ਜੀ ਮਾਈ ਨੇ ਭਾਈ ਬਲਾਲ ਮਾਈ ਨੇ ਦੂਜਾ ਸਵਾਲ ਆਣਾ ਕੱਲ ਸ਼ਾਮ ਦੀ ਸੂਈ ਹੈ ਮੱਝ ਅੱਛਾ ਕੱਲ ਸ਼ਾਮ ਦੀ ਸੂਈ ਹੈ ਪਹਿਲਾ ਬੋਲਾ ਕੱਢ ਰਿਹਾ ਤੇ ਹੁਣ ਦੂਜੀ ਚਵਾਈ ਹੋਣੀ ਹੈ ਭਾਈ ਦੂਸਰਾ ਸਵਾਲ ਆਇਆ ਤੂੰ ਕੱਲ ਸ਼ਾਮ ਦੀ ਸੂਈ ਹੈ ਪਹਿਲਾ ਬੋਲਾ ਨਾ ਜਿਹੜਾ ਉਹ ਕੱਢ ਉਹ ਕੱਢ ਦੇ ਕੱਟੀ ਦੀ ਤੂੰ ਜਾਂ ਕਟਾ ਕੱਟੀ ਜਨਾਬ ਮਗਰ ਬੜੀ ਮਗਰ ਕੱਟੀ ਜੇਰ ਜਿਹੜੀ ਮੁਕੰਮਲ ਪੈ ਗਈ ਮੁਕੰਮਲ ਪੈ ਗਈ ਸਾਊ ਸੀਲ ਨਿਕਲੀ ਹੈ ਸਾਊ ਸੀਲ ਬਿਲਕੁਲ ਥਣ ਸੋਨੇ ਆਣ ਨੇ ਸੋਨੇ ਆ ਰਮਣ ਤੇ ਜਿਹੜਾ ਪਹਿਲਾ ਬੋਲਾ ਕੱਢਿਆ ਉਹ ਕਿੰਨਾ ਕੁ ਕੱਢਿਆ ਜੀ ਉਹ ਭਾਈ ਜਲਾਲ 10 ਕਿਲੋ ਬੋਲਾ ਕੱਢਿਆ ਮੈਂ ਜਿਹੜਾ ਪਹਿਲਾ ਕੱਢਿਆ ਠੀਕ ਹੋ ਗਿਆ ਦੂਸਰੀ ਚਵਾਈ ਨਹੀਂ ਆਈ ਕੀਤੀ ਦੂਸਰੀ ਜਨਾਬ ਇਹ ਕਰਨੀ ਹੈ ਦੂਸਰੀ ਕਰਨੀ ਹੈ ਜ਼ਿੰਦਾਬਾਦ ਮਾਸ਼ਾਅੱਲਾ ਲੋ ਜੀ ਜਿਹੜਾ ਪਹਿਲਾ ਬੋਲਾ ਆਇਆ ਨਾ ਮੱਝ ਦਾ ਉਹ 10 ਕਿਲੋ ਆਇਆ ਦੂਸਰੀ ਚਵਾਈ ਹੈ ਜਿਹੜੀ ਉਹ ਮੱਝ ਦੀ ਹੋਣੀ ਹੈ ਪਲਾਸ ਮੱਝ ਭਰਾਵਾਂ ਨੂੰ ਇੱਕ ਵਾਰ ਤਸੱਲੀ ਨਾਲ ਵਹਾਇਓ ਬਾਕੀ ਫਿਰ ਬੱਚੇ ਦੇ ਉੱਤੇ ਲੈ ਜਾਓ ਕੱਟੀ ਵੀ ਭਰਾਵਾਂ ਨੂੰ ਤਸੱਲੀ ਨਾਲ ਵਹਾਓ ਜੇਰ ਮੱਝ ਦੀ ਮੁਕੰਮਲ ਪਈ ਹੋਵੇ ਜੀ ਸਾਊਥ ਸ਼ਾਮੀ 10 ਵਜੇ ਮੱਝ ਨੇ ਜੇਰ ਸੱਟੀਏ 10 ਵਜੇ ਮੱਝ ਚੋਈਏ ਠੀਕ ਹੈ ਹਾਲੀ ਕੀਤੀ ਹੈ ਮੱਝ 10 ਸੇਰ ਜਿਹੜੀ ਹੀ ਬੋਲੀ ਉਹ ਮੱਝ ਨੇ ਦਿੱਤੀ ਹੈ ਠੀਕ ਹੋ ਗਿਆ ਬਾਕੀ ਹੁਣ ਅਈ ਜਿਹੜਾ ਨੇ ਉਹ ਦੂਸਰੀ ਚਵਾਈ ਹੋਣੀ ਹੈ ਭਰਾਵਾਂ ਦੇ ਸਾਹਮਣੇ ਮੱਝ ਭਰਾ ਮੱਝ ਵੀ ਮੇਰੀ ਵੇਖਣਾ ਤੇ ਰੇਟ ਵੀ ਮੇਰੇ ਵੇਖ ਮਾਸ਼ਾਅੱਲਾ ਜੁੱਸਾ ਪੂਰਾ ਬਰੀਕ ਦੂ ਥਣ ਸੋਹਣਾ ਮੁੱਠ ਮੁੱਠੇ ਬਿਲਕੁਲ ਇਹ ਕੱਟੀ ਤੂੰ ਮਗਰ ਜੀ ਇਹ ਕੱਟੀ ਤੂੰ ਮਗਰ ਲੋ ਜੀ ਇਹ ਮਗਰ ਕੱਟੀ ਹੈ ਜੀ ਰਾਤੇ ਦੀ ਸੂਈ ਹੈ ਭਾਈ ਤਨਵੀਰ ਸੋਹਣੀ ਜੀ ਗੱਲ ਸੁਣਾਣੀ ਹੈ ਮਾਈ ਦੀ ਜੀ ਬਿਲਕੁਲ ਕੀ ਮੁੱਲ ਹੈ ਮਾਈ ਨੰਬਰ 1 ਦਾ ਭਾਈ ਬਲਾ ਜਿਸ ਕਿਸੇ ਭਰਾ ਨੂੰ ਮਾਈ ਪਸੰਦ ਆ ਗਈ ਫਾਈਨਲ ਰੇਟ 4,10,000 ਦੀ ਦੇ ਦੇਣਾ ਦੇ 4,00,000 ਤੇ 10,000 ਦੀ ਮੱਝ ਨੰਬਰ 1 ਦੇ ਦੇਣਾ ਦੇ ਜਿਹੜੇ ਵੀ ਕਿਸੇ ਭਰਾ ਦੇ ਮੱਝ ਆ ਗਈ ਪਸੰਦ ਹੈ ਮੱਝ ਭਰਾ ਤਸੱਲੀ ਨਾਲ ਵੇਖ ਲਈਓ ਬਾਕੀ ਲੈਣ ਦੇ ਨਸੀਬ ਨੇ ਮਾਸ਼ਾਅੱਲਾ ਥਣ ਮੁੱਠ ਮੁੱਠ ਹੋਵੇ ਦਾ ਸੋਹਣਾ ਸਾਊ ਫੀਲ ਹੋਵੇ ਦੀ ਸਾਊ ਫੀਲ ਹੋਵੇ ਦੀ ਕੋਈ ਐਬ ਨਹੀਂ ਆਉਣਾ ਕੋਈ ਮਸਲਾ ਨਹੀਂ ਹੈ ਠੀਕ ਹੋ ਗਿਆ ਜੀ ਅੱਗੇ ਲਿਆਓ ਜੀ ਮੱਝ ਨੰਬਰ 2
ਜੀ ਮਾਈ ਨੰਬਰ ਆ ਗਈ ਜੀ ਦੋ, ਮਾਸ਼ਾਅੱਲਾ ਜੀ। ਭਾਈ ਤਨਵੀਰ ਕੀ ਸਵਾਲ ਆਇਆ ਝੋਟੀ ਨੇ? ਝੋਟੀ ਨੇ ਭਾਈ ਬਲਾਲ ਪਹਿਲਾ ਸਵਾਲ ਆਇਆ ਹੈ, ਪਹਿਲਾ ਸਵਾਲ ਪੰਜਾਂ ਦਿਨਾਂ ਦੀ ਸੂਈ ਹੈ, 8 ਕਿਲੋ ਦੁੱਧ ਹੋਵੇ ਦਾ ਖੁੱਲਾ ਡੁੱਲਾ ਮੈਂ ਕੋ। ਪਹਿਲਾ ਸਵਾਲ ਆਇਆ ਤੂੰ, ਪੰਜਾਂ ਦਿਨਾਂ ਦੀ ਸੂਈ ਹੋਵੇ ਦੀ, ਬਿਲਕੁਲ ਮੂੰਹ ਚ ਜਵਾਨ ਹੈ ਜਾਂ ਛਿੱਗੀ? ਜਵਾਨ ਹੈ, ਮੂੰਹ ਚ ਜਵਾਨ ਹੈ। ਤੇ ਕੱਟਾ ਤੂੰ ਮਗਰ ਕਿ ਕੱਟੀ ਇਹਦੇ ਮਗਰ? ਜਨਾਬ ਇਹਦੇ ਮਗਰ, ਇਹਦੇ ਮਗਰ ਕੱਟ ਹੈ। ਇਹ ਪੰਜਾਂ ਦਿਨਾਂ ਦੀ ਸੂਈ ਹੋਵੇ ਜੀ ਤੇ ਪਹਿਲਣ ਹੋਵੇ ਜੀ, ਪਹਿਲਣ ਮਾਸ਼ਾਅੱਲਾ, ਪਹਿਲਣ ਹੋ ਕੇ ਸਾਊਥ ਸੀਲ ਨਿਕਲੀ, ਸਾਊਥ ਸੀਲ ਬਿਸ਼ਕ ਜਨਾਬ ਇੰਜ ਪੈ ਜੇ ਮਾਸ਼ਾਅੱਲਾ ਜੀ। ਲੋ ਜੀ ਪੂਰੀ ਸਾਊਥ ਸੀਲ ਜ਼ਿੰਦਾਬਾਦ ਜੀ। ਨਹੀਂ ਬੈਣ ਦਿੰਦੀਆਂ ਮਾਸ਼ਾਅੱਲਾ, ਫਿਰ ਝੋਟੀਆਂ ਗਾਵਾਂ ਦੇ ਚਲੋ ਬੈਣ ਦਿੰਦੀਆਂ ਨੇ, ਮੱਝਾਂ ਨਹੀਂ ਬੈਣ ਦਿੰਦੀਆਂ। ਪਰ ਇਹ ਮਾਸ਼ਾਅੱਲਾ ਸਾਊਥ ਸੀਲ ਹੋਵੇ ਜੀ, ਥਣ ਮੁੱਠ ਮੁੱਠ ਹੋਵੇ ਦਾ, ਪਹਿਲਣ ਹੋ ਕੇ ਝੋਟੀ ਨੇ ਸੋਹਣਾ ਗੁੱਲਾ ਕੱਢਿਆ। ਤੇ ਦੁੱਧ ਕਿੰਨਾ ਜਿਹੜਾ ਇਸ ਟਾਈਮ ਆਇਆ ਤੂੰ? ਪੱਕਾ ਗਰੰਟੀ ਸ਼ੁਦਾ 8 ਕਿਲੋ ਦੁੱਧ ਹੋਵੇ ਦਾ ਮਾਈ ਕੋ? ਸਾਰੀ ਮਾਈ ਥੱਲੇ ਜਾਂ ਤਿੰਨਾਂ ਥਣਾਂ ਦਾ? ਤਿੰਨਾਂ ਥਣਾਂ ਦਾ, ਤਿੰਨਾਂ ਥਣਾਂ ਦਾ 8 ਕਿਲੋ, ਇੱਕ ਥਣ ਜਿਹੜਾ ਉਹ ਕੱਟੇ ਨੂੰ ਦੇ ਲੈਣਾ। ਠੀਕ ਹੋ ਗਿਆ ਜੀ ਮਾਸ਼ਾਅੱਲਾ। ਕੀ ਮੁੱਲ ਹੈ ਮਾਈ ਨੰਬਰ 2 ਦਾ? ਮਾਈ ਤੇ ਮੇਰੀ ਇਹ 3.5-3.6 ਦੀ। ਠੀਕ ਹੈ ਜੀ, ਜਿਸ ਕਿਸੇ ਭਰਾ ਨੂੰ ਪਸੰਦ ਆ ਗਈ 3,05,000 ਦੀ ਫਾਈਨਲ ਦੇ ਦੇਣਾ। 3,05,000 ਦੀ ਪਹਿਲਣ ਝੋਟੀ ਦੇ ਦਾਂਗੇ, ਜਿਹੜੇ ਵੀ ਕਿਸੇ ਭਰਾ ਦੇ ਆ ਗਈ ਪਸੰਦ ਝੋਟੀ, ਭਰਾਵਾਂ ਨੇ ਤਸੱਲੀ ਨਾਲ ਵੇਖ ਲੈਣੀ ਹੈ, ਮਗਰ ਹੋਵੇ ਦਾ ਕੱਟਾ, ਪੰਜਾਂ ਦਿਨਾਂ ਦੀ ਸੂਈ ਹੋਵੇ ਦੀ, ਸਾਊਥ ਸੀਲ ਵੀ ਭਰਾਵਾਂ ਨੇ ਵੇਖ ਲਈਏ ਤਸੱਲੀ ਨਾਲ, ਬਿਲਕੁਲ 8 ਕਿਲੋ ਦੁੱਧ ਕੋਈ ਵੀ ਭਰਾ ਬਣਾਣਗੇ ਪੂਰਾ ਕਰ ਲੈ, 3,05,000 ਦੀ ਦੇ ਦੇਣਾ ਦੇ। ਅੱਗੇ ਲਿਆਓ ਜੀ ਗਾਂ ਨੰਬਰ 1। ਗਾਂ ਨੰਬਰ ਆ ਗਈ ਜੀ 1, ਮਾਸ਼ਾਅੱਲਾ ਜੀ। ਦੋ ਮੱਝਾਂ ਤੇ ਇੱਕ ਗਾਂ, ਮੱਝਾਂ ਦੋਵੇਂ ਭਰਾਵਾਂ ਨੇ ਵੇਖ ਲਈਆਂ ਨੇ। ਅੱਗੇ ਗਾਂ ਨੰਬਰ ਆ ਗਈ ਜੀ 1, ਇੱਕੋ ਹੀ ਗਾਂ ਹੈ ਕਲਾ ਸਾਹਿਬ, ਗਾਂ ਭਰਾਵਾਂ ਨੂੰ ਤਸੱਲੀ ਨਾਲ ਵਹਾਣੀ ਹੈ। ਭਾਈ ਤਨਵੀਰ ਕੀ ਸਵਾਲ ਆਇਆ ਗਾਂ ਨੇ? ਇਹਨੇ ਭਾਈ ਬਲਾਲ ਦੂਜਾ ਸਵਾਲ ਆਇਆ ਜੀ, ਦੂਸਰਾ ਸਵਾਲ ਗਾਂ ਨੇ ਲਾਏ ਹੈ। ਕਿੰਨੇ ਦਿਨਾਂ ਦੀ ਸੂਈ ਹੈ ਗਾਂ? ਭਾਈ ਸੋਹਣ ਵਾਲੀ ਜੀ। ਅੱਛਾ, ਸੋਹਣੇ ਵਾਲੀ ਹੈ ਗਾਂ, ਸੂਆ ਲਾਣਾ ਸੂਜਾ। ਠੀਕ ਹੋ ਗਿਆ ਜੀ ਮਾਸ਼ਾਅੱਲਾ। ਲਓ ਜੀ ਦੂਸਰਾ ਸਵਾਲ ਗਾਂ ਨੇ ਲਾਣਾ ਜੇ, ਗੱਭਣ ਹੋਵੇ ਦੀ ਗਾਂ, ਤਲਾ ਸਾਹਿਬ ਗਾਂ ਦੀਆਂ ਬਰੀਕੀਆਂ, ਥਾਣ ਤੇ ਲਿਬਾਸ, ਇਹ ਤਸੱਲੀ ਨਾਲ ਵਹਾਣਾ। ਭਾਈ ਤਨਵੀਰ ਨਸਲ ਕੀ ਇਸ ਗਾਂ ਦੀ? ਇਹਦੀ ਭਾਈ ਬਲਾਲ ਫਰੀਦੀਅਨ ਤੇ ਚੋਲਸਤਾਨੀ ਕਰਾਸ ਹੈ। ਫਰੀਦੀਅਨ ਤੇ ਚੋਲਸਤਾਨੀ ਦਾ ਕਰਾਸ ਹੋਵੇ ਦਾ, ਮੂੰਹ ਚ ਜਵਾਨ ਹੋਵੇ ਦੀ ਜਾਂ ਛਿੱਗੀ ਹੋਵੇ ਦੀ? ਜਵਾਨ ਹੋਵੇ, ਜਵਾਨ ਹੋਵੇ ਦੀ। ਸੁਆ ਲਾਣਾ ਤੋਂ ਦੂਸਰਾ, ਤਲਾ ਸਾਹਿਬ ਵਹਾਣੀ ਤਸੱਲੀ ਨਾਲ ਹੈ। ਭਾਈ ਤਨਵੀਰ, ਤਨਵੀਰ ਗਾਂ ਦਾ ਪਿਛਲੇ ਸੂਏ ਦਾ ਕੀ ਰਿਕਾਰਡ ਹੈ? ਭਾਈ ਬਲਾਲ ਇਹ ਪਹਿਲੇ ਸੂਏ ਜਿਹੜੀ ਗਾਂ ਜਿਹੜੀ ਹੈ ਨਾ ਜੀ, ਵੇਖੀ ਤਾਂ ਕੀ ਲਈਏ ਪਿੰਡੋ ਆਪਣੇ ਲਈਏ 20 ਲੀਟਰ ਦੁੱਧ ਦਿੰਦੀ ਰਹੀ ਹੈ। ਜਿਹੜਾ ਪਹਿਲੇ ਸੂਏ ਦਾ ਗਾਂ ਦਾ ਰਿਕਾਰਡ ਹੈ, 20 ਲੀਟਰ ਜਿਹੜਾ ਦੁੱਧ ਹੈ ਉਹ ਆਰਾਮ ਨਾਲ ਦਿੰਦੀ ਰਹੀ, ਕਿਉਂ ਗਾਂ ਤੁਸੀਂ ਵੇਖੀ ਤਾਂ ਕੀ ਹੈ ਨਾ ਮਾਸ਼ਾਅੱਲਾ। ਤਲਾ ਸਾਹਿਬ ਇੱਥੇ ਇੱਕ ਵਾਰੀ ਗਾਂ ਦਾ ਥਣ ਵਹਾਉ, ਹਾਂ ਪਾਵਰਫੁਲ ਤੇ ਮੁੱਠ ਮੁੱਠ ਥਣ ਹੋਵੇ ਦਾ ਮਾਸ਼ਾਅੱਲਾ, ਕਿਆ ਬਾਤ ਹੈ। ਹੁਣ ਦਿਨ ਕਿੰਨੇ ਕੋ ਲੈਣੇ ਨੇ ਗਾਂ ਨੇ? ਅਜੇ ਵੀ 2-3 ਦਿਨ ਕੱਢ ਜੇ ਦੀ ਗਾਂ, ਆਰਾਮ 2-3 ਦਿਨ ਜਿਹੜੇ ਉਹ ਗਾਂ ਨੇ ਕੱਢ ਜਾਣੇ ਨੇ। ਤੇ ਕਿੰਨਾ ਉਸ਼ੀਰ ਮਿਲਦੀ ਰਹੀ ਹੈ ਕੋਈ ਪਤਾ ਹੈ ਬਣ ਕੇ? ਸਫਾਈਆਂ ਨੂੰ ਪਤਾ ਐਡਾ ਦੇ। ਅੱਛਾ, ਮੈਂ ਤਾਂ ਨਾ ਭੈ ਜ਼ਰਾ ਕੱਪੜੇ ਕਾਟ ਦੂੰ ਨਾ, ਤੇ ਮੇਰੇ ਖਿਆਲ ਨਾਲ ਤੋੜ ਤੋੜ ਚਾਉਂਦੇ ਰਹੇ ਤਾਂ ਇਸ ਤਰ੍ਹਾਂ ਨਾ ਗਾਂ। ਥੋੜੀ ਛੁੱਟੀ ਦਿੱਤੀ ਨੇ ਗਾਂ ਜੀ ਮਾਸ਼ਾਅੱਲਾ। ਇਹ ਨਸਲ ਜ਼ਾਤ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਨਾ, ਇਹ ਤੋੜ ਤੋੜ ਹੀ ਮਿਲਦੀਆਂ ਨੇ, ਇਹ ਲੀਚੇ ਦੇ ਸ਼ਾਮੀ ਚੋਂ ਵੀ ਸਵੇਰੇ ਸੂ ਪੈਂਦੀਆਂ ਨੇ, ਇਹਨਾਂ ਦਾ ਹੀ ਦਾ ਹਿਸਾਬ ਹੁੰਦਾ ਮਾਸ਼ਾਅੱਲਾ। ਗਾਂ ਤਲਾ ਸਾਹਿਬ ਵਹਾਓ ਇੱਕ ਵਾਰ ਤਸੱਲੀ ਨਾਲ ਭਰਾਵਾਂ ਨੂੰ, ਪੂਰੀਆਂ ਬਰੀਕੀਆਂ ਤੋੜ ਸਿਰ ਤੋਂ ਲੈ ਕੇ ਪੈਰਾਂ ਦੇ ਅੰਨੋਂ ਤਾਈਂ ਗਾਂ ਵਹਾਣੀ ਹੈ ਤਸੱਲੀ ਨਾਲ। ਭਾਈ ਤਨਵੀਰ ਕੀ ਮੁੱਲ ਹੈ ਗਾਂ ਦਾ? ਸੋਹਣਾ ਜਿਹਾ ਸੁਣਾਉਣਾ ਜਿਹਨੇ ਦੀ ਦੇ ਦਰਨੀ ਹੈ। ਭਾਈ ਬਲਾਲ ਗਾਂ ਮੁੱਲ ਲੰਮੇ ਚੌੜੇ ਨਹੀਂ ਕਰਨੇ, ਐਂ ਜਿਕਣ ਦੇ ਗਾਵਾਂ ਦੇ ਚੱਲਦੇ ਦੇਖੋ ਨਾ, ਜਾਇਜ਼ ਮੁੱਲ ਕਰਨਾ, ਜਾਇਜ਼ ਮੁੱਲ ਕਰਨਾ, ਵੀਡੀਓ ਤੇ ਰੋਜ਼ ਚੜਦੀਆਂ ਨੇ ਮੁੱਲ ਜੀ। ਠੀਕ ਹੈ, ਠੀਕ ਹੋ ਗਿਆ। ਕਿਸੇ ਭਰਾ ਨੂੰ ਪਸੰਦ ਆ ਗਈ ਗਾਂ ਦੇਖਣਾ ਦੇ ਫਾਈਨਲ 3,15,000 ਦਾ, 3,15,000 ਦੇ ਗਾਂ ਦੇ ਦਰਾਂ ਦੇ ਜਿਹੜੇ ਵੀ ਕਿਸੇ ਭਰਾ ਦੇ ਆ ਗਈ ਪਸੰਦ। ਲਓ ਜੀ ਰੇਟ ਹੈ ਨਾ ਜਿਹੜਾ, ਇਹ ਭਰਾਵਾਂ ਨੇ ਵੇਖ ਲੈਣਾ ਤੇ ਗਾਂ ਵੀ ਵੇਖ ਲੈਣਾ ਤੇ ਭਰਾ ਰੇਟ ਤੇ ਵੀ ਜੀ ਮਾਸ਼ਾਅੱਲਾ। ਗਾਂ ਬਰੀਕ ਹੋਵੇ ਦੀ ਜ਼ਰੂਰ, ਬਿਲਕੁਲ, ਬਰਾਲ ਜਿਹੜਾ ਇਸ ਗਾਂ ਦਾ ਲਿਬਾਸ ਹੈ ਇਹ ਹਰ ਗਾਂ ਨੂੰ ਨਹੀਂ ਲੱਗਣ ਲੱਗਾ ਮਾਸ਼ਾਅੱਲਾ, ਇਸ ਨਸਲ ਵਿੱਚ ਹੋ ਕੇ ਤੇ
ਕਿਆ ਬਾਤ ਹੈ ਜੀ, ਜ਼ਿੰਦਾਬਾਦ। 3 ਲੱਖ ਤੇ 15,000 ਦੀ ਗਾਂ ਦੇ ਦਰਾਂ ਦੇ, ਜਿਹੜੇ ਵੀ ਕਿਸੇ ਭਰਾ ਦੇ ਆ ਗਈ ਪਸੰਦ। 2 ਮੱਝਾਂ 1 ਗਾਂ ਲਾਈਏ, ਬਾਕੀ ਅੱਲਾ ਪਾਕ ਹੈਰ ਕਰੇ, ਹੈਰ ਹੋਣੀ ਚਾਹੀਦੀ। ਨੰਬਰ ਉੱਤੇ ਲੱਗੇ ਆ ਭਾਈ ਤਨਵੀਰ ਦਾ, ਵਿੱਚ ਵੀ ਬੋਲ ਰਿਹਾ, ਜਿਹੜਾ ਡੰਗਰ ਪਸੰਦ ਆਵੇ ਰਾਬਤਾ ਕਰ ਲੈਣਾ। ਬਿਲਕੁਲ ਲੋ ਜੀ, ਗਾਵਾਂ 3 ਵੱਜੀਆਂ ਨੇ ਤੇ 2 ਮੱਝਾਂ ਨੇ ਜਿਹੜੀਆਂ ਵੀਡੀਓ ਤੋਂ ਲਾਵਾ ਨੇ। ਮਾਸ਼ਾਅੱਲਾ ਭਾਈ ਤਨਵੀਰ, ਇਹ ਗਾਵਾਂ ਲਹਿਰੀਆਂ ਨੇ, ਸਜਰੀਆਂ ਨੇ ਜਾਂ ਖਾਂਗੜਾ ਨੇ? ਭਾਈ ਵਿੱਚ ਲਹਿਰੀਆਂ ਨੇ, ਕੋਈ ਖਾਂਗੜਾ ਨੇ, ਸਜਰੀਆਂ ਨੇ। ਠੀਕ ਹੋ ਗਿਆ। ਤੇ ਜੇ ਇਹ ਕਿਸੇ ਭਰਾ ਨੂੰ ਕੋਈ ਡੰਗਰ ਪਸੰਦ ਆ ਜੇ, ਜਿਸ ਕਿਸੇ ਭਰਾ ਨੂੰ ਪਸੰਦ ਆ ਜੇ, ਮੌਕੇ ਤੇ ਆ ਜਾਣ ਜੀ, ਦੇ ਦਰੋ ਦੇ ਡੰਗਰ। ਠੀਕ ਹੋ ਗਿਆ ਜੀ, ਇਹਦਾ ਮਤਲਬ ਇਹ ਵਾ ਸੇਲੇ ਵੀ ਕਰ ਦੋ ਡੰਗਰ, ਇਹ ਨਹੀਂ ਵਾ ਪੱਕੇ ਬੰਨੇ ਨੇ। ਜੇ ਕੋਈ ਭਰਾ ਆ ਗਿਆ ਤੇ ਜਿਹੜੇ ਡੰਗਰ ਉਹਦੇ ਪਸੰਦ ਆ ਉਹਨੂੰ ਦੇ ਦਈਓ ਫਿਰ ਭਰਾ। ਲੋ ਜੀ, ਤਲਾ ਸਾਹਿਬ ਕਰੀਏ, ਇਹ ਜਿਹੜੀ ਵੈੜ ਇਹ ਭਰਾਵਾਂ ਤਸੱਲੀ ਨਾਲ ਵਹਾਈਓ, ਇਹ ਵੈੜ ਕੀ ਹਿਸਾਬ ਜੇ? ਇਹ ਭਾਈ ਬਿਲਾਲ, ਇਹਨੂੰ 3 ਕੁ ਮਹੀਨੇ ਹੋ ਗਏ ਨੇ ਗੱਬਣ ਨੂੰ, ਨਹੀਂ ਸੂਈ ਨੂੰ। ਠੀਕ ਆ, ਤੇ ਅਗੂ ਹੁਣ ਬੀਂ ਧਰਾਇਆ ਪੱਠੂ ਚੋਦ ਦਾ ਜੀ, ਵੇਖੋ। ਠੀਕ ਹੋ ਗਿਆ, ਤੇ ਦੁੱਧ ਕਿੰਨਾ ਕੋਈ ਦੱਸੋ? ਦੇ ਦੇਖੋ, ਇਸ ਟਾਈਮ 17-18 ਲੀਟਰ ਹੋਵੇਗਾ, 17 ਤੋਂ 18 ਲੀਟਰ। ਜੇ ਕਿਸੇ ਭਰਾ ਦੇ ਪਸੰਦ ਆ ਜੇ, ਤੇ ਜੇ ਕਿਸੇ ਭਰਾ ਦੇ ਪਸੰਦ ਆ ਜੇ, ਮੌਕੇ ਤੇ ਆ ਜਾਣ ਫਿਰ। ਅੱਛਾ, ਇਹਦੀ ਫੋਨ ਤੇ ਗੱਲ ਕਰਨੀ ਜਾ। ਲਓ ਜੀ, ਜਿਹੜੇ ਕਿਸੇ ਭਰਾ ਨੂੰ ਵੈੜ ਪਸੰਦ ਆ ਗਈ ਨਾ, ਤੇ ਮੌਕਿਆਂ ਤੇ ਆ ਜਾਣ ਗਾਂ ਦੇ ਦਰਾਂ ਦੇ ਭਰਾ ਜਿਹੜੇ ਕਿਸੇ ਨੂੰ ਪਸੰਦ ਆਈ। ਅੱਲਾ ਪਾਕ ਮਲਿਕ ਪਾਕਿਸਤਾਨ ਨੂੰ ਆਪਣੇ ਜ਼ਿਮਾਨ ਚ ਰੱਖੇ ਰਹਿੰਦੀ ਦੁਨੀਆ ਤੱਕ। ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਮਿਲਾਂਗੇ, ਇਸੇ ਵੀਡੀਓ ਦੇ ਨਾਲ। ਦਿਓ ਇਜਾਜ਼ਤ, ਰੱਬ ਰੱਖਾ ਸੁਣਨ ਦੇ ਵਾਲੇ, ਨਾਰੇ ਦੀ ਆਵਾਜ਼ ਆਵੇ ਤਾਂ ਆਈ ਦਾਰੇ ਹਤਮੇ ਨਬੂਤ, ਪਾਕਿਸਤਾਨ।